ਕਿਤੇ ਜੋਬ ਨਹੀਂ ਮਿਲੀ। ਬਹੁਤ ਜ਼ਿਆਦਾ ਫਰਸਟ੍ਰੇਸ਼ਨ ਅਤੇ ਵਿਸ਼ਾਦ ਸੀ, ਥੱਕ ਅਤੇ ਅੱਕ ਚੁੱਕੇ ਸਾਂ ਜ਼ਿੰਦਗੀ ਤੋਂ, ਅਤੇ ਇਸ ਲਈ ਲੋੜ ਸੀ ਬਾਹਰ ਨਿਕਲਣ ਦੀ। ਅਤੇ ਉਹਨਾਂ ਦਿਨਾਂ ਵਿੱਚ ਪੈਸੇ ਤਾਂ ਹੁੰਦੇ ਨਹੀਂ ਸੀ, ਇੱਧਰੋਂ ਦੋਸਤਾਂ ਕੋਲੋਂ ਫੜ ਫੁੜ ਕੇ 420 ਰੁਪਈਏ ਲੱਗਦੇ ਸੀ ਸਮੁੰਦਰੀ ਜਹਾਜ਼ ਰਾਹੀਂ ਜਾਣ ਦੇ, ਉਹ ਇਕੱਠੇ ਕੀਤੇ। ਫਿਰ ਇੱਕ ਮੇਰਾ ਦੋਸਤ ਸੀ, ਇੰਸਪੈਕਟਰ ਸੀਗਾ ਉਹ CID 'ਚ, ਬਖਸ਼ੀਸ਼ ਸਿੰਘ, ਉਹ ਕਹਿੰਦਾ ਮੈਂ ਤੈਨੂੰ ਛੱਡ ਕੇ ਆਊਂਗਾ ਬੋਂਬੇ ਤੱਕ। ਬੋਂਬੇ ਤੱਕ ਉਹ ਵਿਚਾਰਾ ਨਾਲ ਲੈ ਗਿਆ, ਖਰਚਾ ਖੁਰਚਾ ਸਾਰਾ ਉਹਨੇ ਹੀ ਕੀਤਾ। ਅਤੇ ਬੋਂਬੇ 2-3 ਦਿਨ ਅਸੀਂ ਘੁੰਮੇ, ਉਹਦਾ ਮਿੱਤਰ ਸੀ ਬਖਸ਼ੀਸ਼ ਸਿੰਘ, ਉਹਦਾ ਨਾਂ ਸੀ, ਉਹਨੇ ਸਾਨੂੰ ਬੜਾ ਘੁਮਾਇਆ ਉੱਥੇ ਬੋਂਬੇ 'ਚ। ਅਤੇ ਉੱਥੇ ਪਹੁੰਚ ਕੇ ਦੇਖੋ ਇੰਟਰਸਟਿੰਗ ਗੱਲ, ਵੀ ਸਾਨੂੰ ਕੀਨੀਆ ਨੂੰ ਜਦੋਂ ਅਸੀਂ ਜਾਂਦੇ ਹਾਂ ਬੋਂਬੇ ਤੋਂ, ਤਾਂ ਸਿਰਫ 30 ਸ਼ਿਲਿੰਗ, ਜਿਹੜੇ 30 ਰੁਪਈਏ ਹੁੰਦੇ ਆ, ਉਹ ਫੋਰਨ ਐਕਸਚੇਂਜ ਮਿਲਦੀ ਸੀ, ਅਤੇ 420 ਰੁਪਏ ਦਾ ਟਿਕਟ ਮਿਲਿਆ। ਅਤੇ ਬਖਸ਼ੀਸ਼ ਸਿੰਘ ਕਹਿੰਦਾ ਰਵੀ ਤੇਰਾ ਗੁਜ਼ਾਰਾ ਨਹੀਂ ਹੋਣਾ, 30 ਰੁਪਏ ਤਾਂ ਤੇਰੇ ਇੱਕ ਦਿਨ 'ਚ ਮੁੱਕ ਜਾਣੇ, ਵੀ ਤੈਨੂੰ ਹੋਰ ਪੈਸੇ ਲੈ ਕੇ ਦਈਏ। ਉੱਥੇ ਉਹਨਾਂ ਦਿਨਾਂ 'ਚ 150 ਰੁਪਏ ਦਾ 100 ਸ਼ਿਲਿੰਗ ਮਿਲ ਜਾਂਦਾ ਸੀ ਬਲੈਕ ਵਿੱਚ, ਅਤੇ ਬਲੈਕ ਵਿੱਚ ਜਾਂ ਕਿੱਦਾਂ ਮੈਨੂੰ ਨਹੀਂ ਪਤਾ, ਉਹਨਾਂ ਨੇ ਬਖਸ਼ੀਸ਼ ਉਹਨਾਂ ਨੇ ਬੰਦੋਬਸਤ ਕਰਕੇ ਮੈਨੂੰ 150 ਰੁਪਏ ਦਾ ਆਪਣੇ ਕੋਲੋਂ ਦੇ ਕੇ 100 ਸ਼ਿਲਿੰਗ ਲੈ ਦਿੱਤਾ। ਇਸ ਤਰ੍ਹਾਂ ਜਦੋਂ ਮੈਨੂੰ ਉਹਨਾਂ ਨੇ ਸਮੁੰਦਰੀ ਜਹਾਜ਼ 'ਚ ਚਾੜਿਆ, ਇਹ 20 ਜਨਵਰੀ 1967 ਦੀ ਗੱਲ ਆ, ਮੈਂ ਸਮੁੰਦਰੀ ਜਹਾਜ਼ ਬੋਂਬੇ ਤੋਂ ਪਕੜਿਆ ਜੀ, ਅਤੇ ਮੇਰੀ ਜੇਬ 'ਚ 130 ਰੁਪਈਏ ਸੀ। ਇਹ ਸਾਡਾ ਜਹਾਜ਼ ਕਰਾਚੀ ਅਤੇ ਸ਼ੀਸ਼ਲ ਰਾਹੀਂ 13 ਦਿਨ ਬਾਅਦ ਜਾ ਕੇ ਮੁੰਬਾਸੇ ਲੱਗਾ, ਅਤੇ ਮੁੰਬਾਸੇ ਤੋਂ 3-4 ਦਿਨ ਉਰੇ ਰਹਿੰਦੇ ਸੀ, ਤਾਂ ਉਸ ਪੈਸੇ ਪੂਸੇ ਮੁੱਕ ਗਏ। ਰੋਜ਼ 3-4 ਮੁੰਡੇ ਅਸੀਂ ਇਕੱਠੇ ਹੋਣਾ, ਬਹਿ ਕੇ ਦਾਰੂ ਸ਼ਾਰੂ ਪੀਣਾ, ਅਤੇ ਪੈਸੇ ਜੰਦ ਲੱਗੇ। ਮੇਰੇ ਕੋਲ 5 ਸ਼ਿਲਿੰਗ ਸਾਰੇ ਰਹਿ ਗਏ। ਅਤੇ ਜਹਾਜ਼ ਵਿੱਚ ਸੁਵਿਧਾਵਾਂ ਬਹੁਤ ਨੇ, ਇੱਕ ਤਾਂ ਲਾਇਬ੍ਰੇਰੀ ਸੀ, ਅਸੀਂ ਲਾਇਬ੍ਰੇਰੀ ਜਾ ਕੇ ਪੜ੍ਹਦੇ ਰਹਿਣਾ, ਇੱਕ ਮੂਵੀ ਮਾਵੀਆਂ ਦਿਖਾਉਂਦੇ ਸੀਗੇ, ਅਤੇ ਇੱਕ ਟੰਬੋਲਾ ਜੂਆ ਹੁੰਦਾ ਨੰਬਰਾਂ ਦੇ ਉੱਤੇ ਪੈਸੇ ਲਾਉਣੇ, ਅਤੇ ਉਹ ਮੇਰੇ ਨਾਲ ਦੇ ਮੁੰਡੇ ਸੀਗੇ, ਅਤੇ ਉਹ ਕਹਿਣ ਲੱਗੇ ਕਿੱਦਾਂ ਕਰੀਏ ਬਈ। ਮੈਂ ਕਿਹਾ ਵੀ ਹੁਣ ਤਾਂ 5 ਰਹਿੰਦੇ ਲਾ ਦਿਓ, ਚਾਹੇ ਕੋਈ ਬਣ ਜਾਓ ਤਾਂ ਚਾਹੇ ਜਾਂਦਾ ਲਊ ਇਹ ਵੀ। ਉਹ 5 ਰੁਪਏ ਟੰਬੋਲੇ 'ਤੇ ਲਾਏ, ਮੇਰੇ 80 ਨਿਕਲਾ। ਫਿਰ ਜਦੋਂ ਮੁੰਬਾਸੇ ਜਾ ਕੇ ਉਤਰੇ, 2 ਤਰੀਕ ਨੂੰ ਮੁੰਬਾਸੇ ਜਾ ਕੇ ਅਸੀਂ ਉਤਰੇ ਹਾਂ ਕੀਨੀਆ ਦੀ ਬੰਦਰਗਾਹ 'ਤੇ, ਉਦੋਂ ਮੇਰੀ ਜੇਬ 'ਚ ਹਾਲੇ ਵੀ 30 ਸ਼ਿਲਿੰਗ ਜਿਹੜੇ ਸੀਗੇ ਮੈਨੂੰ ਕੁਦਰਤ ਮਿਲਣੇ ਸੀ ਲੀਗਲੀ, ਉਹ ਮੇਰੀ ਜੇਬ ਵਿੱਚ ਸੀਗੇ ਜਦੋਂ ਮੈਂ ਉੱਥੇ ਉਤਰਿਆ। ਅਤੇ ਉੱਥੇ ਵੀ ਇੱਕ ਬੜੀ ਮਜ਼ੇਦਾਰ ਗੱਲ ਹੋਈ, ਉੱਥੇ ਮੈਨੂੰ ਬਹਿਰਮ ਯਾਰ ਨੇ ਅਤੇ ਅਜੀਤ ਭਵਰੇ ਨੇ ਲੈਣ ਆਉਣਾ ਸੀ, ਅਤੇ ਨਰੋਬੀ ਉੱਥੋਂ 350-350 ਮੀਲ ਦੂਰ ਆ ਜਿੱਥੇ ਉਹ ਰਹਿੰਦੇ ਸੀ, ਉਹ ਆ ਨਾ ਸਕੇ। ਉਹਨਾਂ ਦਾ ਕੋਈ ਹੋਰ ਦੋਸਤ ਸੀ, ਉਹਨਾਂ ਨੂੰ ਉਹਨਾਂ ਕਹਿ ਦਿੱਤਾ ਬਈ ਭਜਨ ਸੀ ਉਹਦਾ ਨਾਂ, ਵੀ ਤੂੰ ਰਵੀ ਨੂੰ ਜਾ ਕੇ ਲੈ ਆਈ। ਸਮੁੰਦਰ ਦੇ ਘਾਟ 'ਤੇ ਜਾ ਕੇ ਲੱਗਾ ਜਹਾਜ਼, ਉਹ ਵਿਚਾਰਾ ਸਵੇਰੇ ਉੱਠ ਕੇ ਆਇਆ, ਆ ਕੇ ਉਹਨੂੰ ਉਹ ਕਹਿੰਦਾ ਵੀ ਤੂੰ ਉੱਥੇ ਮੈਨੂੰ ਹਵਾਈ ਜਹਾਜ਼ ਕੀ ਦਾ ਸਮੁੰਦਰੀ ਜਹਾਜ਼ ਸੀ, ਮੈਨੂੰ ਫੋਨ ਆ ਗਿਆ ਸੀ ਵੀ ਤੈਨੂੰ ਭਜਨ ਸਿੰਘ ਨਾਮ ਦਾ ਕੋਈ ਮੁੰਡਾ ਲੈਣ ਆਊਗਾ, ਅਤੇ ਤੂੰ ਘਾਟ 'ਤੇ ਜਦੋਂ ਜਹਾਜ਼ ਲੱਗੇ ਤੂੰ ਡੈੱਕ 'ਤੇ ਆ ਕੇ ਖੜ੍ਹ ਜਾਈ। ਸੋ ਮੈਂ ਡੈੱਕ 'ਤੇ ਖੜ੍ਹ ਗਿਆ, ਅਤੇ ਉਹ ਕਹਿੰਦਾ ਜੀ ਗੁਰਵਿੰਦਰ ਰਵੀ ਹੈ? ਮੈਂ ਕਿਹਾ ਜੀ ਹੈਗਾ। ਅਤੇ ਉਹ ਕਹਿੰਦਾ ਅੱਛਾ ਭਾਅ ਜੀ, ਤੁਹਾਨੂੰ ਹਾਲੇ 4 ਘੰਟੇ ਲੱਗ ਜਾਣੇ ਆ, ਮੈਂ 4 ਘੰਟੇ ਬਾਅਦ ਆ ਕੇ ਤੁਹਾਨੂੰ ਲੈ ਜਾਊਂਗਾ, ਜੇ ਮੈਂ ਲੇਟ ਹੋਇਆ ਤਾਂ ਇੱਥੇ ਬਾਹਰ ਖੜ੍ਹੇ ਰਹੋ। ਇਹ ਸਫ਼ਰ ਦਾ ਜਾਣੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਵੀ ਦਿੱਕਤਾਂ ਬੜੀਆਂ ਆਉਂਦੀਆਂ। ਉਹਨੇ ਫਿਰ ਮੈਨੂੰ 2 ਦਿਨ ਭਜਨ ਨੇ ਆ ਕੇ ਆਪਣੇ ਕੋਲ ਮੁੰਬਾਸੇ ਰੱਖਿਆ, ਘੁਮਾਇਆ ਫਿਰਾਇਆ, ਫਿਰ ਉੱਥੋਂ ਮੈਨੂੰ ਉਹਨੇ ਰੇਲ ਗੱਡੀ ਚਾੜ੍ਹਤਾ, ਅਤੇ 5 ਫਰਵਰੀ 1967 ਨੂੰ ਮੈਂ ਕੀਨੀਆ ਨਰੋਬੀ ਜਿਹੜੀ ਉਹਦੀ ਰਾਜਧਾਨੀ ਉੱਥੇ ਪਹੁੰਚ ਗਿਆ। ਮੋਹਰੇ ਮਹਿਰਮ ਯਾਰ ਮੇਰਾ ਦੋਸਤ ਅਤੇ ਉਹਦਾ ਦੋਸਤ ਅਜੀਤ ਸਤ ਭਮਰਾ ਮੈਨੂੰ ਲੈਣ ਆਇਓ ਸੀ। ਰਾਤ ਨੂੰ ਬੜਾ ਜਸ਼ਨ ਹੋਇਆ, ਬੜੀ ਪਾਰਟੀ ਹੋਈ। ਇੱਥੇ ਕੋਇੰਸੀਡੈਂਸ ਦੇਖੋ ਕਿ ਮੈਂ ਉੱਥੇ ਨਰੋਬੀ ਪਹੁੰਚ ਕੇ ਤਾਰ ਦਿੱਤੀ ਜਲੰਧਰ ਆਪਣੇ ਪਿਤਾ ਜੀ ਨੂੰ ਕਿ ਮੈਂ ਪਹੁੰਚ ਗਿਆ, ਅਤੇ ਉਹਨਾਂ ਨੇ ਤਾਰ ਦਿੱਤੀ ਕਿ ਜਿਹੜਾ ਤੇਰਾ ਦੂਆ ਬੱਚਾ ਸਹਿਜਪਾਲ ਆ ਉਹਦਾ ਜਨਮ ਹੋ ਗਿਆ। 5 ਤਰੀਕ ਦਾ ਹੀ ਉਹਦਾ ਜਨਮ, 5 ਫਰਵਰੀ ਦਾ। ਮੇਰੀ ਵਾਈਫ ਪ੍ਰੈਗਨੈਂਟ ਸੀ ਜਦੋਂ ਮੈਂ ਇੰਡੀਆ ਛੱਡਿਆ, ਅਤੇ 5 ਨੂੰ ਮੈਂ ਨਰੋਬੀ ਪਹੁੰਚਦਾ। ਤੋ ਮੈਂ ਉਹਨੂੰ ਹੱਸਦਾ ਹੁੰਦਾ ਭਈ ਤੇ ਮੇਰੇ ਜਲਾ ਵਤਨ ਐਗਜ਼ਾਈਲ ਦੀ ਉਮਰ ਤਾਂ ਤੇਰੀ ਉਮਰ ਇੱਕ ਬਰਾਬਰ ਆ, ਤੂੰ 19 ਸਾਲਾਂ ਦਾ ਹੀ ਆ ਜਿੰਨੇ ਸਾਲ ਦਾ ਮੈਂ ਦੇਸ਼ 'ਚੋਂ ਨਿਕਲਿਆ। ਤੋ ਇੱਥੇ ਇੰਨੀ ਕੁ ਗੱਲ ਕਰ ਲਈਏ ਕਿ 5 ਤਰੀਕ ਨੂੰ ਨਰੋਬੀ ਪਹੁੰਚੇ, 6 ਨੂੰ ਐਤਵਾਰ ਸੀ, 5 ਨੂੰ ਨਰੋਬੀ ਪਹੁੰਚਦੇ ਆ, 6 ਨੂੰ ਸਨਿਚਰਵਾਰ ਸੀ, ਸਨਿਚਰਵਾਰ ਮੇਰੀ ਇੰਟਰਵਿਊ ਹੋਈ,
ਮਿਸਟਰ ਕਟਵਾ ਸੀਗਾ ਲੂਓ ਟ੍ਰਾਈਬ ਦਾ ਜਿਹੜਾ ਰਿਕਰੂਟਿੰਗ ਆਫਿਸਰ ਸੀ ਮਿਨਿਸਟਰੀ ਆਫ ਐਜੂਕੇਸ਼ਨ ਕੀਨੀਆ ਦਾ। ਉਹਨੇ ਦੇਖਿਆ, ਪੁੱਛੇ ਸਵਾਲ ਸਵੂਲ, ਸਰਟੀਫਿਕੇਟ ਦੇਖੇ, ਡਿਗਰੀਆਂ ਦੇਖੀਆਂ, ਭਾਈ ਸੈਕਿੰਡ ਡਿਵੀਜ਼ਨ ਆ, ਇਹ ਹੈ, ਵੋ ਹੈ। ਮੈਂ ਅੰਗਰੇਜ਼ੀ ਪੜ੍ਹਾਈ ਸੀ ਤਲਵਣ ਵਿੱਚ ਅੱਠਵੀਂ ਜਮਾਤ ਨੂੰ, ਨੌਵੀਂ ਨੂੰ ਵੀ ਪੜ੍ਹਾਉਂਦਾ ਰਿਹਾ 6 ਮਹੀਨੇ। ਅਤੇ ਉਹਨਾਂ ਨੇ ਮੈਨੂੰ ਅਪਰੂਵ ਕਰਕੇ ਸਿਲੈਕਟ ਕਰ ਲਿਆ। ਅਤੇ ਨਰੋਬੀ ਤੋਂ ਕੋਈ 24 ਮੀਲ ਦੂਰ ਇੱਕ ਸਕੂਲ ਸੀ, ਕੌਮਦਾਈ ਹਾਈ ਸਕੂਲ, ਉਹਦੇ 'ਚ ਮੈਂ 8 ਤਰੀਕ ਨੂੰ ਜਾ ਕੇ ਟੀਚ, 5 ਨੂੰ ਮੈਂ ਨਰੋਬੀ ਪਹੁੰਚਦਾ, 6 ਨੂੰ ਇੰਟਰਵਿਊ ਹੁੰਦੀ ਹੈ, 7 ਨੂੰ ਐਤਵਾਰ, 8 ਤਰੀਕ ਨੂੰ ਮੈਂ ਕੌਮਦਾਈ ਹਾਈ ਸਕੂਲ ਵਿੱਚ ਜਾ ਕੇ ਅਧਿਆਪਕ ਲੱਗ ਗਿਆ। ਤਾਂ ਆਹ ਤੁਹਾਡੇ ਲਈ ਦਿਲਚਸਪੀ ਦੀ ਗੱਲ ਹੋਏਗੀ ਕਿ ਇਹ ਜਿਹੜਾ ਬੰਦਾ 244 ਰੁਪਈਏ ਹਿੰਦੁਸਤਾਨ 'ਚ ਲੈਂਦਾ ਸੀ ਇੰਨੀ ਕੁਆਲੀਫਿਕੇਸ਼ਨ ਦੇ ਨਾਲ, ਜਦੋਂ ਇਹ ਕੀਨੀਆ ਪਹੁੰਚਾ ਤਾਂ ਇਹਦੀ ਤਨਖਾਹ ਸੀ 1600 ਸ਼ਿਲਿੰਗ। ਸ਼ਿਲਿੰਗ ਸੀ ਉਦੋਂ 1.05 ਰੁਪਏ ਦਾ। 1680 ਰੁਪਈਏ ਮੇਰੀ ਤਨਖਾਹ ਹੋ ਗਈ, ਉਹੀ ਬੰਦਾ, ਉਹੀ ਕੁਆਲੀਫਿਕੇਸ਼ਨ। ਕੋਸਟ ਆਫ ਲਿਵਿੰਗ ਜਿਹੜੀ ਕੀਨੀਆ ਦੀ ਸੀ ਉਹ ਇੰਡੀਆ ਨਾਲੋਂ ਵੀ ਘੱਟ ਸੀ ਅਤੇ ਪੈਸੇ ਬਹੁਤ ਸੀ। ਸੋ ਇਸ ਤਰ੍ਹਾਂ ਜ਼ਿੰਦਗੀ ਜਿਹੜੀ ਆ ਉਹ ਇੱਕ ਨਵੇਂ ਪਾਸੇ ਨੂੰ ਤੁਰੀ, ਇਹਦੇ ਨਾਲ ਨਵੇਂ ਨਵੇਂ ਅਨੁਭਵ ਹੋਏ।